ਤੁਸੀਂ ਕਰਦੇ ਭਾਜੀ ਬਿਜ਼ਨਸ ਕਾਹਦਾ ਕੰਸਟਰਕਸ਼ਨ ਦਾ ਚੰਡੀਗੜ੍ਹ ਮੇਂ ਕੰਸਟਰਕਸ਼ਨ ਕਾ ਚੰਡੀਗੜ੍ਹ ਮੇਂ ਘਰ ਘੁਰ ਬਣਾਉਂਦੇ ਤੁਸੀਂ ਚੰਡੀਗੜ੍ਹ 'ਚ ਕਿਹੜੀ ਜਗ੍ਹਾ ਸਾਰੇ ਚੰਡੀਗੜ੍ਹ 'ਚ ਬਣਾਉਂਦੇ ਹਾਂਜੀ ਨਿਊ ਚੰਡੀਗੜ੍ਹ ਉੱਥੇ ਘਰ ਬਣ ਗਏ ਆ ਉਹ ਨਕਸ਼ਿਆਂ 'ਚ ਹੀ ਆ ਇਹ ਫਲੈਟ ਆ ਤੁਹਾਡਾ ਇੱਥੇ ਬੱਚਾ ਖੇਡੇਗਾ ਤੁਹਾਡਾ ਇੱਥੇ ਇੱਥੇ ਆ ਦੇਖੋ ਬੱਚੇ ਨੂੰ ਖੇਡਦੇ ਖੇਡਦੇ ਸੱਟ ਲੱਗੇਗੀ ਨਾਲ ਹੀ PGI ਦੇਖੋ ਇੱਕ ਗੱਲ ਆ ਸ਼ਨੀਵਾਰ ਸੱਟ ਲੱਗੇਗੀ ਦੇਖ ਲਾਂਗੇ ਕਿਉਂਕਿ ਡਾਕਟਰ ਸੰਡੇ ਆਉਂਦਾ ਹੈ ਹੋਰ ਇਸ ਤੋਂ ਇਲਾਵਾ ਤੁਸੀਂ ਤੁਸੀਂ ਹੋਰ ਹੋਰ ਜੋਬ ਵਾਲਾ ਤੁਸੀਂ ਜੋਬ ਲਈ ਇੰਪੋਰਟੈਂਟ ਕੀ ਹੈ ਭਲਾ ਯਾਰ ਪਿੱਛੇ ਗੱਲਾਂ ਕੌਣ ਕਰਨ ਡਿਆ ਹੈਲੋ ਜੋਬ ਲਈ ਇੰਪੋਰਟੈਂਟ ਕੀ ਹੈ ਸਰ ਤੁਹਾਨੂੰ ਪੁੱਛ ਰਿਹਾ ਜੋਬ ਲੈਣ ਵਾਸਤੇ ਕੀ ਇੰਪੋਰਟੈਂਟ ਹੈ ਸਕਿੱਲ ਨੌਲੇਜ ਹੋਰ ਮੈਮ ਤੁਸੀਂ ਵੀ ਜੋਬ ਵਾਲੇ ਨਹੀਂ ਹਾਂਜੀ ਕੁਆਲੀਫਿਕੇਸ਼ਨ ਇਹ ਪੱਕਾ ਸਕਰੀਨ ਗਾਰਡ ਵਾਲਾ ਹੀ ਹੈ ਭਰਾ ਤੁਹਾਡੇ ਲਈ ਤਾਂ ਇੱਕੋ ਹੀ ਚੀਜ਼ ਹੈ ਡਰਾਈਵਿੰਗ ਲਾਇਸੈਂਸ ਸਰ ਕੁਆਲੀਫਿਕੇਸ਼ਨ ਸਕਿੱਲਸ ਜੋਬ ਲੈਣ ਲਈ ਸਭ ਤੋਂ ਇੰਪੋਰਟੈਂਟ ਚੀਜ਼ ਹੈ ਇੰਟਰਵਿਊ ਕਿਉਂਕਿ ਮੈਂ ਜੋਬ ਦੇ ਰਿਹਾ ਨਾ ਇੰਟਰਵਿਊ ਦੇ ਵਿੱਚ ਆਪਾਂ ਜਾਈਦਾ ਉੱਥੇ ਲੈ ਕੇ ਜਾਂਦੇ ਹਾਂ ਆਪਾਂ ਰਿਜ਼ਿਊਮੇ ਹੈ ਨਾ ਤੁਹਾਡੇ ਜੋ ਅੱਛਾ ਰਿਜ਼ਿਊਮੇ ਲਈ ਸਭ ਤੋਂ ਇੰਪੋਰਟੈਂਟ ਚੀਜ਼ ਕੀ ਹੈ ਸਰ ਕਿੱਦਾਂ ਦਾ ਰਿਜ਼ਿਊਮੇ ਹੋਣਾ ਚਾਹੀਦਾ ਰਿਜ਼ਿਊਮ ਜੋ ਹੁੰਦਾ ਓਕੇ ਜਬ ਹਮ ਵਹਾਂ ਪਰ ਨੌਕਰੀ ਲੈਣੇ ਜਾਤੇ ਹੈ ਤੋ ਵਹਾਂ ਲੈ ਕੇ ਜਾਤੇ ਹੈ ਬਾਇਓਡਾਟਾ ਉਸਮੇ ਸਭ ਸੇ ਇੰਪੋਰਟੈਂਟ ਚੀਜ਼ ਕਿਆ ਹੋਤੀ ਹੈ ਭਾਜੀ ਨੇ ਕਹਿਤਾ ਨਾ ਕਾਗਜ਼ ਕੁਛ ਬਤਾਈਏ ਕਿਆ ਹੋਣਾ ਚਾਹੀਏ ਨਾ ਓਕੇ ਵੈਸੇ ਅੱਜ ਕੱਲ੍ਹ ਕੀ ਹੋ ਗਿਆ ਇਹ ਸਾਰਾ ਕੁਛ ਕਰ ਦਿੰਦੇ ਆਪਾਂ ਕਾਪੀ ਪੇਸਟ ਮੇਰੇ ਇੱਕ ਦੋਸਤ ਨੇ ਮੈਨੂੰ ਨੌਕਰੀ ਮਿਲ ਗਈ ਉਹਨੂੰ ਮਿਲੀ ਨਹੀਂ ਉਹਨੇ ਮੈਨੂੰ ਕਿਹਾ ਕਿ ਆਪਣਾ ਰਿਜ਼ਿਊਮੇ ਭੇਜ ਦੇ ਮੈਂ ਕਾਪੀ ਪੇਸਟ ਕਰਨਾ ਉਹਨੇ ਕਾਪੀ ਪੇਸਟ ਕਰਕੇ ਭੇਜਤਾ ਹੁਣ ਉਹਦੀ ਸੈਲਰੀ ਅੜੀ ਪਈ ਹੈ ਫਾਦਰ ਨੇਮ ਚੇਂਜ ਨਹੀਂ ਕੀਤਾ ਉਹਨੇ ਯਾਰ ਅੱਜ ਕੱਲ੍ਹ ਦੀਆਂ ਇੰਟਰਵਿਊ ਚੇਂਜ ਹੋ ਗਈਆਂ ਆ ਪਹਿਲੇ ਇੰਟਰਵਿਊ ਨੋਰਮਲ ਇੰਟਰਵਿਊ ਕਿਉਂ ਅੰਕਲ ਸਹੀ ਗੱਲ ਨਾ ਪਹਿਲੇ ਨੋਰਮਲ ਡੈਡੀ ਲੋਕ ਹੀ ਕਹਿ ਦਿੰਦੇ ਕੱਲ੍ਹ ਤੋਂ ਨਾ ਤੂੰ ਅੰਕਲ ਨਾਲ ਚੱਲ ਜਾਈ ਮੈਂ ਗੱਲ ਕਰ ਲਈ ਸਾਰੀ ਹੁਣ ਇੰਟਰਵਿਊ ਮੈਂ ਕਹਿੰਦਾ ਪਲੈਨ ਹੀ ਅਲੱਗ ਹੈ ਯਾਰ ਇੰਟਰਵਿਊ ਕਰਨ ਜਾਣ ਤੋਂ ਪਹਿਲੇ ਆਪਾਂ ਗੁਰਦੁਆਰੇ ਮੰਦਰ ਮੱਥਾ ਟੇਕਣ ਜਾਂਦੇ ਹਾਂ ਇਹ ਨਹੀਂ ਇਹ ਪਤਾ ਕਿੱਦਾਂ ਪਲੈਨ ਕਰਦੇ ਕੱਲ੍ਹ ਦਾ ਕੀ ਪਲੈਨ ਆ ਵਿਹਲੇ ਹੀ ਆ ਚਲੋ ਲੋਕਾਂ ਨੂੰ ਪਾਗਲ ਬਣਾਈਏ ਇੰਟਰਵਿਊ ਰੱਖ ਲੈਂਦੇ ਸਵੇ ਯਾਰ ਗੱਲਾਂ ਕੌਣ ਕਰਦਾ ਪਿਆ ਇੱਟ ਹੈਗੀ ਜੇ ਕੌਣ ਹੈ ਜਿਸ ਕੋ ਪੰਜਾਬੀ ਨਹੀਂ ਸਮਝ ਆ ਰਹੀ ਕਿਹੜੀਆਂ ਇਸ ਦੀਆਂ ਜ਼ਰੂਰੀ ਗੱਲਾਂ ਹੋ ਰਹੀਆਂ ਹੈ ਹਜੇ ਇੱਕ ਮਿੰਟ ਚੁੱਪ ਕਰੋ ਹੁਣ ਬੋਲ ਮੈਂ ਆਂਡੀ ਮੰਡੀ ਪਾਵਾਂ ਇੰਟਰਵਿਊ ਸਵੇਰੇ ਤੁਹਾਨੂੰ 9 ਵਜੇ ਬੁਲਾ ਲੈਣਗੇ ਮੈਂ ਇੰਟਰਵਿਊ ਦੇਣ ਗਿਆ ਸਵੇਰੇ 9 ਵਜੇ ਮੈਂ ਪਹੁੰਚ ਗਿਆ ਭਾਈ ਸਾਹਿਬ ਸ਼ਾਮ ਦੇ 5 ਵਜ ਗਏ ਭੁੱਖ ਨਾ ਬੁਰੇ ਹਾਲ ਮੇਰੀ ਧੁੰਨੀ ਪਿੱਛੇ ਮਣ ਕੇ ਆਉਣਾ ਲੱਗ ਗਈ ਮੇਰੀ ਵਾਰੀ ਨਹੀਂ ਆਉਣ ਦੀ ਮੈਂ ਅੰਦਰ ਗਿਆ ਸ਼ਾਮੀ 5:30 ਵਜੇ ਇੰਟਰਵਿਊ ਦੇਣ ਇਹ 3 ਜਣੇ ਸਮੋਸੇ ਖਾਣ ਡੇ ਲਾਲ ਚਟਨੀ ਹਰੀ ਚਟਨੀ ਰੱਖ ਕੇ ਇੰਟਰਵਿਊ ਦੇਣ ਜਾਓ ਨਾ ਇੱਕ ਗੰਜਾ ਜ਼ਰੂਰ ਬੈਠਾ ਹੁੰਦਾ ਉੱਥੇ ਉਹਨੇ ਲੈਪਟੋਪ ਔਨ ਕਰਨਾ ਤੁਹਾਡੇ ਵੱਲ ਬਸ ਵੇਖਣਾ ਇਹਨੇ ਲੈਪਟੋਪ ਉਹਨੇ ਤਾਂ ਵੇਖਣਾ ਜਦੋਂ ਤੁਸੀਂ ਚੁੱਪ ਕਰਨਾ ਮੈਂ ਗਿਆ ਕਹਿੰਦੇ ਤੁਸੀਂ ਪਬਲਿਕ ਵਾਸਤੇ ਕੁਛ ਕੀਤਾ ਮੈਂ ਕਿਹਾ ਜੀ ਮੈਂ ਸਵੱਛ ਭਾਰਤ ਅਭਿਆਨ ਜੁਆਇਨ ਕਰਨਾ ਕਹਿੰਦੇ ਕੀ ਕਰੋਗੇ ਉਹਦੇ ਲਈ ਮੈਂ ਕਿਹਾ ਮੈਂ ਲੋਕਾਂ ਨੂੰ ਅਵੇਅਰ ਕਰਾਂਗਾ ਇਸ ਚੀਜ਼ ਬਾਰੇ ਕਹਿੰਦੇ ਕਿਵੇਂ ਮੈਂ ਕਿਹਾ ਸਭ ਤੋਂ ਪਹਿਲੇ ਤੁਹਾਡੇ ਤੋਂ ਸ਼ੁਰੂ ਕਰਾਂਗਾ ਕਹਿੰਦਾ ਮੈਂ ਸਮਝਿਆ ਨਹੀਂ ਮੈਂ ਕਿਹਾ ਤੁਹਾਡੀ ਟਾਈ ਪਈ ਜੇ ਚਟਨੀ 'ਚ ਲੋਕ ਲੋਕਾਂ ਨਾਲ ਹੋਰ ਗੱਲ ਕਰਾਂਗੇ ਅੱਛਾ ਲੇਟ ਆਏ ਇਹਨਾਂ ਨਾਲ ਗੱਲ ਕਰਦੇ ਮੈਂ ਜਿਹੜੇ ਲੇਟ ਆਉਂਦੇ ਉਹਨਾਂ ਨਾਲ ਇੰਗਲਿਸ਼ ਗੱਲ ਕਰਾਂ ਵਾਈ ਕਮਿੰਗ ਲੇਟ ਵਾਟ ਹੈਪਨ ਪਲੀਜ਼ 4 ਚੋਂ ਕੋਈ ਵੀ ਜਵਾਬ ਦੇ ਦਿਓ ਦੱਸੋ ਲਾ ਲਓ ਮਾਸਕ ਕਿਸੇ ਨੇ ਨਹੀਂ ਪਾਇਆ ਇੱਥੇ ਸਰ ਲੇਟ ਕਿਉਂ ਹੋ ਗਏ ਸਰ ਨੂੰ ਪੁੱਛ ਸਕਦਾ ਕਿਉਂਕਿ ਡਰਾਈਵਰ ਸਾਰੇ ਹੋਣੇ ਆ ਤੁਸੀਂ 4 ਇਕੱਠੇ ਆਏ ਜੇ ਤੁਸੀਂ 2 ਵੱਖਰੇ ਤੁਸੀਂ 2 ਵੱਖਰੇ ਅੱਛਾ ਇੱਧਰ 3 ਮੈਡਮਾਂ ਲੇਟ ਆਈਆਂ ਨੇ ਕਿਉਂ ਲੇਟ ਹੋ ਗਏ ਆਪ ਪਾਰਕਿੰਗ ਨਹੀਂ ਮਿਲ ਰਹੀ ਸੀ
ਕੀ ਟਰਾਲਾ ਲੈ ਕੇ ਆਏ ਹੋ? ਕਿਹੜੀ ਕਿਹੜੀ ਗੱਡੀ ਤੁਹਾਡੇ ਕੋਲ? ਤਿੰਨੇ ਕੁੜੀਆਂ ਪਿਛਲੀ ਸੀਟ 'ਤੇ ਬਹਿ ਕੇ ਆ ਗਈਆਂ। ਟੈਸਲਾ ਨਹੀਂ ਨਹੀਂ ਦੱਸੋ ਕਿਹੜੀ ਕਿਹੜੀ ਗੱਡੀ ਤੁਹਾਡੇ ਕੋਲ? ਡਸਟਰ ਸਹੀ ਹੈ। ਜਿਹੜੀਆਂ ਕੁੜੀਆਂ ਮੋਨੀਟਰ ਹੁੰਦੀਆਂ ਨਾ, ਜਾਓ ਬੇਟਾ ਦੂਸਰੀ ਕਲਾਸ 'ਤੇ ਡਸਟਰ ਲੈ ਕੇ ਆਓ, ਉਹ ਡਸਟਰ ਲੈ ਲੈਂਦੀਆਂ ਬਾਅਦ 'ਚ। ਇੰਪੋਰਟੈਂਟ ਹੁੰਦੇ ਕੁਛ ਦੋਸਤ ਇਸ ਤਰ੍ਹਾਂ ਦੇ ਹੁੰਦੇ ਜਿਹੜੇ ਪੁਰਾਣੇ ਦੋਸਤ ਹੁੰਦੇ, ਹੈ ਨਾ? ਕੋਈ ਆਇਆ ਪੁਰਾਣਾ ਪੁਰਾਣਾ ਦੋਸਤ ਇਹ ਤੁਹਾਡੇ ਨਾਲ? ਕਿੰਨੇ ਸਾਲ ਤੋਂ ਤੁਸੀਂ ਇੱਕ ਦੂਸਰੇ ਨੂੰ ਜਾਣਦੇ? 4 ਸਾਲ। ਕਿੰਨੇ ਕਿੰਨੇ ਯਾਰ, ਉਹ ਮੰਨ ਨਹੀਂ ਡਿਆ, ਸਹੇਲੀ ਹੈ ਤੇਰੀ? 15 ਸਾਲ ਸੀ। ਵੈਰੀ ਗੁੱਡ। ਹੋਰ? 5 ਸਾਲ। ਹੋਰ? 16। ਬੋਲੀਆਂ ਲੱਗ ਗਈਆਂ। 15 16 16 1 16 2। ਹਾਂਜੀ, ਕਿੰਨੇ? 19 ਸਾਲ। ਦੋਸਤ ਆਇਆ ਨਾਲ? ਅਰੇ ਵੈਰੀ ਗੁੱਡ। 19 ਸਾਲ 19 ਸਾਲ 1 17। ਲਓ ਜੀ 17। ਲਓ ਜੀ, ਹਾਂਜੀ 23 ਸਾਲ। ਦੋਸਤ ਕਿੱਥੇ ਆ? ਮੇਰਾ ਬੇਟਾ ਕਹਿੰਦੇ। ਵੈਰੀ ਗੁੱਡ, ਕਲੈਪ ਹੋਣੀ ਚਾਹੀਦੀ ਹੈ ਯਾਰ। ਤੁਹਾਨੂੰ ਪਤਾ ਇਬਰਾਹਿਮ ਲਿੰਕਨ ਦੀ ਗੱਲ ਜਦੋਂ ਮੌਤ ਹੋਈ ਸੀ ਕਿਵੇਂ ਹੋਈ ਸੀ ਪਤਾ ਕਿਸੇ ਨੂੰ? ਨਹੀਂ, ਮੈਨੂੰ ਨਹੀਂ ਪਤਾ ਇਸ ਵਾਰ। ਉਹਦੀ ਜਦੋਂ ਮੌਤ ਹੋਣ ਲੱਗੀ ਸੀ ਤਾਂ ਲਾਸਟ ਕੁਛ ਹੀ ਟਾਈਮ ਸੀ ਉਹਦੇ ਕੋਲ, 5-7 ਮਿੰਟ ਹੀ ਸੀ, ਤਾਂ ਉਹਨੇ ਕਿਹਾ ਕਿ ਪ੍ਰੈਸ ਰਿਪੋਰਟਰ ਬੁਲਾ ਲਓ, ਮੈਂ ਕੁਛ ਕਹਿਣਾ ਚਾਹੁੰਦਾ। ਉਹਨਾਂ ਨੇ ਬੁਲਾਏ, ਥੋੜ੍ਹਾ ਹੀ ਟਾਈਮ ਅੱਖਾਂ ਬੰਦ ਹੋਏ, ਜਾਂਦੇ ਜਾਂਦੇ ਕਹਿ ਗਿਆ ਗੱਲ, ਪਿਓ ਪੁੱਤ ਕਦੀ ਦੋਸਤ ਨਹੀਂ ਹੋ ਸਕਦੇ। ਨਹੀਂ ਹੋ ਸਕਦੇ ਯਾਰ। ਆਪਾਂ ਆਪਣੇ ਡੈਡੀ ਨੂੰ ਕਹਿੰਦੇ ਨਹੀਂ ਯਾਰ, ਫੁੱਦੂ ਗੱਲਾਂ ਕਰਿਆ ਕਰਦੇ। ਓਕੇ ਗਾਈਜ਼, ਦੈਟਸ ਇਟ ਫਰ ਮਾਈ ਸਾਈਡ। ਮਾਈ ਨੇਮ ਇਜ਼ ਮਨਪ੍ਰੀਤ ਸਿੰਘ। ਥੈਂਕ ਯੂ ਸੋ ਮਚ। ਥੈਂਕਸ ਅ ਲੋਟ। ਲੇਟ ਤਾਂ ਨਹੀਂ ਹੋ ਗਏ? ਨਹੀਂ, ਅੰਦਰੋਂ ਦਿਲੋਂ ਦੱਸੋ, ਦਿਲੋਂ ਦੱਸੋਗੇ, ਗਾਲ ਕੱਢ ਕੇ ਦੱਸੋਗੇ ਨਾਲ? ਕਿਵੇਂ ਲੱਗਾ ਸ਼ੋਅ, ਮਜ਼ਾ ਆਇਆ? ਥੈਂਕ ਯੂ ਸੋ ਮਚ। ਮੰਗਲ ਕੱਢਿਆ ਮੱਛਾ ਪਾਇਆ, ਸੰਗਲ ਬੇਦੀ ਪੂਰੀ ਰੱਖਿਆ, ਡੰਗਰ ਤੌਲੇ ਲਿਸ਼ਕਣ ਖੇਡੀ ਕੌਡੀ ਪਾਇਆ, ਦੰਗਲ ਬਾਲੀ ਵਾਲ ਕੀਤੀ ਪ੍ਰੈਕਟਿਸ, ਚੌੜੀ ਸ਼ਾਦੀ ਅੱਗੇ ਸੀਨਾ। ਮੈਂ ਪਾਣੀ ਪੀ ਲਾਂ।